ਸਰਕਾਰ ਨੇ ਪਿਛਲੇ ਸਮੇਂ 'ਚ ਬੜੇ ਯਤਨ ਕੀਤੇ ਆ ਇਹਨਾਂ ਨੂੰ ਉਲਝਾਉਣ ਦੇ ਵੀ, ਇਹਨੂੰ ਕਮਜ਼ੋਰ ਕਰਨ ਦੇ ਵੀ, ਪਰ ਸਰਕਾਰ ਉਹਨਾਂ ਆਪਣੀਆਂ ਚਾਲਾਂ 'ਚ ਕਾਮਯਾਬ ਨਹੀਂ ਹੋਈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਸ਼ਹਿਰ ਦੇ ਵਿੱਚ ਕਹਿੰਦੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਸਰਕਾਰ ਡਰਦੀ ਹੈ, ਸਰਕਾਰ ਕੰਬੀ ਹੈ ਅੰਦਰੋਂ, ਹਿੱਲੀ ਪਈ ਹੈ ਜਮਾਂ ਸਰਕਾਰ। ਤੋਮਰ ਦਾ ਏਰੀਆ ਜਿਹੜਾ ਹੋਵੇਗਾ ਉਹਦੇ 'ਚ ਉਹਨਾਂ ਨੇ ਰੋਕਾਂ ਖੜੀਆਂ ਕਰਨੀਆਂ ਹੀ ਕਰਨੀਆਂ ਨੇ। ਜੇ ਦੇਣਗੇ ਵੀ ਉਹਨਾਂ ਨੂੰ, ਮਤਲਬ ਲੋਕ ਲੱਜਿਆ ਤੋਂ ਡਰਦੇ ਤਾਂ ਫਿਰ ਵੀ ਉਹਨੂੰ ਆਪਣੇ ਢੰਗ ਦੇ ਨਾਲ ਮਤਲਬ ਕਮਜ਼ੋਰ ਹੀ ਕਰਨ ਦਾ ਯਤਨ ਕਰਨਗੇ। ਸਰਕਾਰ ਦੀ ਕਮਜ਼ੋਰੀ ਹੈ ਬਿਲਕੁਲ। ਜੇਕਰ ਸਰਕਾਰ ਇਹਨਾਂ ਗੱਲਾਂ ਤੋਂ ਭੱਜ ਨਹੀਂ ਸਕਦੀ ਆਪਣੀਆਂ ਜ਼ਿੰਮੇਵਾਰੀਆਂ ਤੋਂ, ਸਰਕਾਰ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ। 22 ਦੀ ਮੀਟਿੰਗ ਸੀਗੀ ਲਾਸਟ, ਅੱਜ 26-27 ਹੋ ਗਈ। ਅੱਜ ਵੇਖੋ ਇੱਕ ਮਹੀਨਾ ਤੇ 5-6 ਦਿਨ ਹੋ ਗਏ ਨੇ। ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਇਸ ਪਾਸੇ ਸਰਕਾਰ ਵਿਸ਼ੇਸ਼ ਧਿਆਨ ਦੇਵੇ। ਵੇਖੋ ਜਦੋਂ ਵੀ ਗੱਲ ਨਿਬੜੀ ਇਹ ਟੇਬਲ 'ਤੇ ਨਿਬੜਦੀ, ਐਵੇਂ ਨਹੀਂ ਇੱਥੇ ਵੀ ਉਹ ਟੀਵੀ ਦੇ ਵਿੱਚ ਕਹਿਤਾ ਜੀ ਅਸੀਂ ਤਿਆਰ ਹਾਂ ਗੱਲ ਕਰਨ ਨੂੰ, ਹੁਣ ਉੱਧਰ ਪ੍ਰਧਾਨ ਮੰਤਰੀ ਨੇ ਕਹਿਤਾ। ਅੱਜ ਭਗਤ ਰਵਿਦਾਸ ਜੀ ਦੀ 644ਵੀਂ ਜੈਅੰਤੀ ਮੌਕੇ ਅੱਜ ਜਿੱਥੇ ਬਲੱਡ ਕੈਂਪ ਅਤੇ ਸਮਾਗਮ ਦਾ ਆਯੋਜਨ ਸਿੰਘੂ ਬਾਰਡਰ 'ਤੇ ਕੀਤਾ ਗਿਆ, ਜਿੱਥੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ, ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ, ਪਰ ਕਿਸੇ ਸਿਰੇ ਨਹੀਂ ਚੜ੍ਹੀ, ਜਿਸ ਨੂੰ ਲੈ ਕੇ ਲਗਾਤਾਰ ਕੋਈ ਹੱਲ ਜਿਹੜਾ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਪਰ ਫਿਰ ਵੀ ਕਿਸਾਨ ਲਗਾਤਾਰ ਇਸ ਮੰਗ ਨੂੰ ਲੈ ਕੇ ਡਟੇ ਨੇ ਕਿ ਕੋਈ ਗੱਲਬਾਤ ਦੇ ਜ਼ਰੀਏ ਜਿਹੜਾ ਰਸਤਾ ਨਿਕਲੇ ਤਾਂ ਕਿ ਉਹ ਵੀ ਆਪਣਾ ਘਰੇ ਆਪਣੇ ਪਰਿਵਾਰ ਦੇ ਨਾਲ ਜਾ ਸਕਣ। ਪਰ ਜਿਸ ਤਰੀਕੇ ਨਾਲ ਇੱਥੇ ਸਮਾਗਮਾਂ ਦਾ ਆਯੋਜਨ ਹੋਇਆ ਹੈ, ਜਿਸ ਤਰੀਕੇ ਦੇ ਨਾਲ ਇੱਥੇ ਬਲੱਡ ਕੈਂਪ ਲਗਾਏ ਗਏ ਨੇ, ਉਸ ਨੂੰ ਲੈ ਕੇ ਕਿਸ ਤਰੀਕੇ ਦੇ ਇੰਤਜ਼ਾਮ ਨੇ, ਸਾਡੇ ਨਾਲ ਕਿਸਾਨ ਆਗੂ ਨੇ ਬੂਟਾ ਸਿੰਘ ਸ਼ਾਦੀਪੁਰ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਕਿਸ ਤਰੀਕੇ ਦੇ ਇੰਤਜ਼ਾਮ ਨੇ, ਕਿਉਂਕਿ ਲਗਾਤਾਰ ਲੰਬਾ ਸਮਾਂ ਹੋ ਗਿਆ, ਕਾਫੀ ਸਮਾਗਮ ਇੱਥੇ ਮਨਾਏ ਜਾ ਚੁੱਕੇ ਨੇ, ਹੁਣ ਵੀ ਬੀਤੇ ਦਿਨਾਂ ਵੀ ਜਿਹੜਾ ਨੌਜਵਾਨਾਂ ਨੂੰ ਵੀ ਸਟੇਜਾਂ ਤੋਂ ਸੰਬੋਧਨ ਕਰਨ ਦਾ ਮੌਕਾ ਮਿਲਿਆ, 8 ਮਾਰਚ ਨੂੰ ਵੂਮੈਨਸ ਡੇ ਵੀ ਜਿਹੜਾ ਮਨਾਇਆ ਜਾਣਾ। ਵੇਖੋ ਇਹ ਤਾਂ ਹੁਣ ਸਾਡੇ ਅਸੀਂ ਪਿਛਲੇ ਦਿਨਾਂ ਤੋਂ ਵੀ ਮਨਾਉਂਦੇ ਆ ਰਹੇ ਹਾਂ। ਕੱਲ੍ਹ ਜਿਵੇਂ ਅਸੀਂ ਇਹ ਨੌਜਵਾਨਾਂ ਨੂੰ ਦਿੱਤਾ ਸੀ, ਨੌਜਵਾਨ ਦਿਵਸ ਸੀਗਾ, ਉਹਦੇ ਵਿੱਚ ਵੀ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪਾ ਕੇ ਵੇਖਿਆ ਵੀ ਜਦੋਂ ਵਜਨ ਪਾਉਂਦੇ ਹਾਂ ਆਪਾਂ ਬੱਚੇ 'ਤੇ, ਤਾਂ ਪਤਾ ਲੱਗਦਾ ਵੀ ਸਹੀ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਉਂਦਾ ਕਿ ਨਹੀਂ ਨਿਭਾਉਂਦਾ। ਅਤੇ ਕੱਲ੍ਹ ਬਹੁਤ ਵਧੀਆ ਰਿਸਪੌਂਸ ਉਹਦਾ ਆਇਆ ਜਿਹੜਾ ਨੌਜਵਾਨਾਂ ਨੂੰ ਦਿੱਤਾ ਸੀ ਪ੍ਰੋਗਰਾਮ ਸਾਰਾ ਕੱਲ੍ਹ ਦਾ। ਅਤੇ ਇਸੇ ਤਰ੍ਹਾਂ ਹੀ ਅੱਜ ਭਗਤ ਰਵਿਦਾਸ ਜੀ ਦਾ ਅਤੇ ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਬਲੀਦਾਨ ਦਿਵਸ ਆ, ਅਤੇ ਅੱਜ ਉਹਨਾਂ ਦੋਵਾਂ ਨੂੰ ਹੀ ਸਮਰਪਿਤ ਇਹ ਪ੍ਰੋਗਰਾਮ ਜਿਹੜਾ ਸਵੇਰ ਤੋਂ ਸ਼ਾਮ ਤੱਕ ਇਹ ਚੱਲੇਗਾ। ਅਤੇ ਅੱਗੇ ਜਿਵੇਂ ਦੱਸਿਆ ਤੁਸੀਂ ਵੀ ਵੂਮਨ ਡੇ ਆ ਰਿਹਾ 8 ਮਾਰਚ ਨੂੰ, ਉਹਨੂੰ ਇਹ ਤਾਂ ਵੇਖੋ ਪ੍ਰੋਗਰਾਮ ਨੇ ਜਿਹੜੇ ਜਿੰਨਾ ਚਿਰ ਨਹੀਂ ਨਿਬੜਦਾ ਉਹਨਾਂ ਚਿਰ ਸਾਰੇ ਇੱਥੇ ਮਨਾਏ ਜਾਣੇ ਆ, ਜਿੰਨੇ ਪਿਛਾਂ ਗੁਰਪੁਰਬ ਆਏ ਨੇ ਉਹ ਵੀ ਸਾਰੇ ਇੱਥੇ ਮਨਾਏ ਗਿਆ, ਅਤੇ ਅਗਾਂਹ ਹੁਣ ਅਗਾਂਹ ਵਿਸਾਖੀ ਵੀ ਆਉਣੀ ਹੈ, ਹੋਰ ਵੀ ਵਿੱਚ ਨੂੰ ਪ੍ਰੋਗਰਾਮ ਆਉਣੇ, ਜੇਕਰ ਸਰਕਾਰ ਜਿੱਦ ਕਰਕੇ ਬੈਠੀ ਰਹਿੰਦੀ ਐਡੀ ਕਰੀ ਰੱਖਦੀ ਇਸ ਤਰ੍ਹਾਂ, ਅਤੇ ਅਸੀਂ ਤਾਂ ਫਿਰ ਪ੍ਰੋਗਰਾਮ ਮਨਾਵਾਂਗੇ ਇੱਥੇ, ਸਾਡੀ ਤਾਂ ਇੱਕ ਮਜ਼ਬੂਰੀ ਹੈ, ਅਸੀਂ ਬੈਠੇ ਹਾਂ। ਪਰ ਇੱਕ ਗੱਲ ਜ਼ਰੂਰ ਕਹਿੰਦੇ ਹਾਂ ਅਸੀਂ ਵੀ ਇਹ ਸਾਡਾ ਪ੍ਰੋਗਰਾਮ ਜਿਹੜਾ ਇਹ ਸ਼ਾਂਤਮਈ ਹੈ ਅਤੇ ਸ਼ਾਂਤਮਈ ਢੰਗ ਨਾਲ ਹੀ ਇਹ ਚੱਲਦਾ ਰਹੂਗਾ, ਸ਼ਾਂਤਮਈ ਢੰਗ ਨਾਲ ਹੀ ਜਿੱਤ ਕੇ ਜਾਵਾਂਗੇ ਅਸੀਂ। ਇਹੀ ਇੱਕ ਚਾਬੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਸਫਲਤਾ ਦੀ ਕੁੰਜੀ ਹੈ ਸ਼ਾਂਤਮਈ। ਸਰਕਾਰ ਨੇ ਪਿਛਲੇ ਸਮੇਂ 'ਚ ਬੜੇ ਯਤਨ ਕੀਤੇ ਆ ਇਹਨਾਂ ਨੂੰ ਉਲਝਾਉਣ ਦੇ ਵੀ, ਇਹਨੂੰ ਕਮਜ਼ੋਰ ਕਰਨ ਦੇ ਵੀ, ਪਰ ਸਰਕਾਰ ਉਹਨਾਂ ਆਪਣੀਆਂ ਚਾਲਾਂ 'ਚ ਕਾਮਯਾਬ ਨਹੀਂ ਹੋਈ। ਅਤੇ ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ, ਭਗਤ ਰਵਿਦਾਸ ਜੀ ਨੇ ਬੜੀ ਸੇਧ ਦਿੱਤੀ ਹੈ ਲੋਕਾਂ ਨੂੰ, ਅਤੇ ਸਾਦਾ ਜੀਵਨ ਉਹਨਾਂ ਨੇ ਜੀਵਿਆ, ਆਪਣਾ ਸਾਦਾ ਜੀਵਨ ਜੀ ਕੇ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਆ। ਉਹਨਾਂ ਦੇ 16 ਰਾਗਾਂ ਵਿੱਚ ਬਾਣੀ ਹੈ ਭਗਤ ਰਵਿਦਾਸ ਜੀ ਦੀ, 40 ਸ਼ਬਦ ਨੇ ਗੁਰਬਾਣੀ ਦੇ ਵਿੱਚ ਦਰਜ ਨੇ ਉਹਨਾਂ ਦੇ, ਅਤੇ ਬਹੁਤ ਵੱਡਾ ਪਰਉਪਕਾਰ ਲੋਕਾਂ ਨੂੰ ਉਹਨਾਂ ਨੇ ਸੇਧ ਦਿੱਤੀ। ਅਤੇ ਅਸੀਂ ਤਾਂ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਇਹੀ ਗੱਲ ਕਰਦੇ ਹਾਂ ਕਿ ਸਾਨੂੰ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਕੇ, ਉਹਨਾਂ ਤੋਂ ਸੇਧ ਲੈ ਕੇ ਜਿਵੇਂ ਉਹਨਾਂ ਨੇ ਸੰਸਾਰ ਦੇ ਵਿੱਚ ਆਪਣਾ ਜੀਵਨ ਜਿਹੜਾ ਉਹਨਾਂ ਨੇ ਬਸਰ ਕੀਤਾ, ਉਹਨਾਂ ਤੋਂ ਸੇਧ ਲੈ ਕੇ ਹੀ ਚੱਲਣਾ ਚਾਹੀਦਾ। ਅਤੇ ਜਿਹੜੇ ਸਾਡੇ ਭਗਤ ਨੇ ਉਹਨਾਂ ਤੋਂ ਸੇਧ ਲਈ ਹੋਈ ਦੇ ਵਿੱਚ ਹੀ ਅਸੀਂ ਮਤਲਬ ਕਾਮਯਾਬ ਹੋ ਸਕਦੇ ਹਾਂ। ਅਤੇ ਉਹਦੇ ਮੁਤਾਬਕ ਹੀ ਅੱਜ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ, ਚੰਦਰ ਸ਼ੇਖਰ ਆਜ਼ਾਦ ਦਾ ਬਲੀਦਾਨ ਦਿਵਸ ਅਤੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ। ਇੱਕ ਕੱਲ੍ਹ ਨੌਜਵਾਨ ਸਭਾ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੇ ਸਹੀ ਨੂੰ ਸੰਬੋਧਨ ਕੀਤਾ, ਅਤੇ ਇੱਕ ਕਿਤੇ ਨਾ ਕਿਤੇ ਕੁਝ ਨੌਜਵਾਨ ਨਿਰਾਸ਼ ਨਜ਼ਰ ਆਏ ਨੇ। ਉਹ ਕਹਿੰਦੇ ਕਿ ਅਸੀਂ NRI ਹਾਂ, ਅਸੀਂ ਬਾਹਰੋਂ ਆਏ ਹਾਂ, ਪਰ ਸਾਨੂੰ ਮੌਕਾ ਨਹੀਂ ਦਿੱਤਾ ਗਿਆ। ਕਹਿੰਦੇ ਕਿ ਪਹਿਲਾਂ ਨਾਮ ਲਿਖਿਆ, ਕੋਈ ਇਹੋ ਜਿਹਾ ਤੁਹਾਡੇ ਧਿਆਨ 'ਚ ਆਇਆ ਕੋਈ ਮਾਮਲਾ? ਨਹੀਂ, ਮੇਰੇ ਨਿਗਾਹ 'ਚ ਨਹੀਂ ਆਈ। ਕੱਲ੍ਹ ਵੈਸੇ ਹੋ ਰਿਹਾ ਸੀ ਉਰੇ, ਉਹ ਇੱਥੋਂ ਦੇ ਸੀਗੇ ਆਪਣੇ ਸਾਥੀ, ਉਹ NRI ਤਾਂ ਨਹੀਂ ਸੀ ਉਹਨਾਂ 'ਚ ਕੋਈ, ਵੈਸੇ ਉਸ ਤੋਂ ਬਾਅਦ ਨਾ ਕੋਈ ਆਇਆ ਹੋਵੇ।
ਤੇ ਪਤਾ ਹੀ ਗੱਲ ਕੀ ਹੈ, ਏਡਾ ਵੱਡਾ ਪ੍ਰੋਗਰਾਮ ਹੈ ਜਿਹੜਾ, ਉਹਦੇ ਵਿੱਚ ਥੋੜ੍ਹੀ ਘਣੀ ਹਿਲਜੁਲ ਹੋ ਜਾਂਦੀ ਹੈ। ਇੱਕ ਪਰਿਵਾਰ ਦੇ 5-6 ਜੀ ਹੁੰਦੇ ਨੇ, ਕੋਈ ਪ੍ਰੋਗਰਾਮ ਕਰਨਾ ਹੋਵੇ ਕਈ ਉਹਨਾਂ ਦੀ ਸੈਟਿੰਗ ਨਹੀਂ ਹੁੰਦੀ, ਕਿਸੇ ਦਾ ਮੂੰਹ ਡਿੰਗਾ, ਦੂਏ ਬਣੇ ਹੋ ਜਾਂਦਾ, ਕਿਸੇ ਕਿਸੇ ਬਣੇ, ਐਂ ਕਰਕੇ ਮਾੜਾ ਮੋਟਾ ਹੋ ਜਾਂਦਾ। ਜੇ ਉਹਨਾਂ ਕਿਸੇ ਨੌਜਵਾਨ ਨੂੰ ਕੋਈ ਇਹੋ ਜਿਹਾ ਗਿਲਾ ਸ਼ਿਕਵਾ ਹੈਗਾ ਤੇ ਉਹਦੇ ਉਹਨੂੰ ਇੱਥੇ ਅੱਜ ਆ ਜਾਣ ਸਟੇਜ ਦੇ ਉੱਤੇ, ਤਾਂ ਰੋਜ਼ਾਨਾ ਹੀ ਚੱਲਦਾ ਨਾ। ਸਾਨੂੰ ਜ਼ਰੂਰੀ ਨਹੀਂ ਵੀ ਅਸੀਂ ਬੋਲੀਏ, ਸਾਡੀ ਤਾਂ ਕੋਸ਼ਿਸ਼ ਹੀ ਵੈਸੇ ਮੇਰੀ ਤਾਂ ਇਹ ਰਹਿੰਦੀ ਹੈ ਕਿ ਬਾਹਰਲੀਆਂ ਸਟੇਟਾਂ ਵਾਲੇ ਜਿਹੜੇ ਨੇ ਉਹਨਾਂ ਨੂੰ ਵੱਧ ਬੁਲਾਇਆ ਜਾਵੇ, ਕਿਉਂਕਿ ਕੇਂਦਰ ਸਰਕਾਰ ਜਿਹੜੀ ਉਹ ਕਹਿ ਰਹੀ ਹੈ ਕਿ ਪੰਜਾਬ ਦਾ ਹੈ ਜੀ, ਹੈ ਨਾ, ਇਹ ਤਾਂ ਪਗੜੀਧਾਰੀ ਵੇਖ ਕੇ ਉਹ ਇਹੀ ਗੱਲਾਂ ਕਰਦੇ ਨੇ। ਇਸ ਕਰਕੇ ਸਾਡੀ ਜ਼ਿਆਦਾ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜੇ ਦੂਜੀਆਂ ਸਟੇਟਾਂ ਤੋਂ, ਇੱਕ ਦਿਨ ਮੈਂ ਸਟੇਜ ਚਲਾ ਰਿਹਾ ਸੀ ਅਤੇ ਬਹੁਤ ਆਗੂ ਬੈਠੇ ਸਟੇਜ ਦੇ ਉੱਤੇ ਸਾਡੇ, ਅਤੇ ਮੈਂ 21 ਬੰਦੇ ਬੁਲਾਏ ਸੀ ਡੇਢ ਕੁ ਘੰਟੇ 'ਚ, ਸਵਾ ਕੁ ਡੇਢ ਘੰਟੇ 'ਚ 21 ਬੁਲਾਏ। ਉਹਨਾਂ 'ਚੋਂ ਮੈਂ 18 ਬੰਦੇ ਜਿਹੜੇ ਸੀ ਉਹ ਵਿੱਚੇ ਮਹਾਰਾਸ਼ਟਰ ਦੇ, ਵਿੱਚੇ ਹਰਿਆਣਾ ਅਤੇ ਯੂਪੀ ਤੋਂ ਜਿਹੜੇ ਜਿਹੜੇ ਆਏ, ਵਿੱਚ ਔਰਤਾਂ ਵੀ ਸੀ ਉਹਨਾਂ ਦੇ। ਮੈਂ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਦਿੱਤਾ ਕਿ ਸਰਕਾਰ ਨੂੰ ਇਹ ਗੱਲ ਦਾ ਨਾ ਮੌਕਾ ਮਿਲੇ ਬਈ ਇਹ ਤਾਂ ਪੰਜਾਬ ਦਾ ਜੀ ਅੰਦੋਲਨ ਜਿਵੇਂ ਸਰਕਾਰ ਕਹਿ ਰਹੀ ਹੈ। ਇਸ ਕਰਕੇ ਜੇ ਕੋਈ ਨੌਜਵਾਨਾਂ ਦੇ ਵਿੱਚ ਹੈਗੀ ਹੈ ਗੱਲ ਇਹੋ ਜੀ, ਅਤੇ ਉਹ ਕੋਈ ਗੱਲ ਨਹੀਂ, ਉਹ ਸਾਡੇ ਆਪਣੇ ਨੇ, ਉਹਨਾਂ ਨੂੰ ਅਸੀਂ ਕਰ ਲਾਂਗੇ ਠੀਕ, ਪਰ ਮੇਰੇ ਧਿਆਨ 'ਚ ਨਹੀਂ ਗੱਲ। ਕੱਲ੍ਹ ਜਥੇਬੰਦੀਆਂ ਆਈਆਂ ਸੀ ਸਟੇਜ ਤੋਂ ਸੰਬੋਧਨ ਕੀਤਾ, ਉਹ ਕਹਿੰਦੇ ਕਿ ਅਸੀਂ ਇੱਕ ਮਹਾਂਪੰਚਾਇਤ ਕਰਨ ਜਾ ਰਹੇ ਹਾਂ ਮੱਧ ਪ੍ਰਦੇਸ਼ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਸ਼ਹਿਰ ਦੇ ਵਿੱਚ, ਕਹਿੰਦੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਸਰਕਾਰ ਡਰਦੀ ਹੈ, ਸਰਕਾਰ ਕੰਬੀ ਹੈ ਅੰਦਰੋਂ, ਹਿੱਲੀ ਪਈ ਆ ਜਮਾਂ ਸਰਕਾਰ, ਅਤੇ ਉਹ ਕਾਹਨੂੰ ਮੌਕਾ ਦੋਗੇ? ਹੁਣ ਤੋਮਰ ਦਾ ਏਰੀਆ ਜਿਹੜਾ ਹੋਵੇਗਾ ਉਹਦੇ 'ਚ ਉਹਨਾਂ ਨੇ ਰੋਕਾਂ ਖੜੀਆਂ ਕਰਨੀਆਂ ਨੇ। ਜੇ ਦੇਣਗੇ ਵੀ ਉਹਨਾਂ ਨੂੰ, ਮਤਲਬ ਲੋਕ ਲੱਜਿਆ ਤੋਂ ਡਰਦੇ ਤਾਂ ਫਿਰ ਵੀ ਉਹਨੂੰ ਆਪਣੇ ਢੰਗ ਦੇ ਨਾਲ ਮਤਲਬ ਕਮਜ਼ੋਰ ਹੀ ਕਰਨ ਦਾ ਯਤਨ ਕਰਨਗੇ। ਸਮਾਂ ਦੇਣਾ ਚਾਹੀਦਾ ਉਹਨਾਂ ਨੂੰ, ਇਹ ਲੋਕਤੰਤਰ ਦੇ ਵਿੱਚ ਹੱਕ ਹੈ ਇੱਕ ਦਾ ਆਪਣੀ ਗੱਲ ਕਰਨ ਦਾ, ਉਹ ਇਕੱਠ ਕਰਕੇ ਆਪਣੀ ਗੱਲ ਕਰ ਸਕਦਾ। ਇਹ ਸਰਕਾਰ ਦੀ ਕਮਜ਼ੋਰੀ ਹੈ ਬਿਲਕੁਲ, ਜੇਕਰ ਸਰਕਾਰ ਇਹਨਾਂ ਗੱਲਾਂ ਤੋਂ ਭੱਜ ਨਹੀਂ ਸਕਦੀ ਆਪਣੀਆਂ ਜ਼ਿੰਮੇਵਾਰੀਆਂ ਤੋਂ। ਸਰਕਾਰ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣੀ ਚਾਹੀਦੀ ਹੈ। ਹੁਣ ਆਹ ਦੂਜੇ ਬੰਨੇ ਵੀ ਜ਼ਿੰਮੇਵਾਰੀ ਤੋਂ ਭੱਜੀ ਸਰਕਾਰ, ਮੇਰਾ ਖਿਆਲ ਹੈ 22 ਦੀ ਮੀਟਿੰਗ ਸੀਗੀ ਲਾਸਟ, ਅੱਜ 26-27 ਹੋ ਗਈ। ਅੱਜ ਵੇਖੋ ਇੱਕ ਮਹੀਨਾ ਅਤੇ 5-6 ਦਿਨ ਹੋ ਗਏ ਨੇ, ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਇਸ ਪਾਸੇ ਸਰਕਾਰ ਵਿਸ਼ੇਸ਼ ਧਿਆਨ ਦੇਵੇ, ਉਹ ਮੀਟਿੰਗ ਦਾ ਸਮਾਂ ਰੱਖੇ, ਮੀਟਿੰਗ ਦਾ ਸਮਾਂ ਤੈਅ ਕਰਕੇ ਜਥੇਬੰਦੀਆਂ ਨੂੰ ਭੇਜੇ ਰਿਟਰਨ ਦੇ ਵਿੱਚ। ਅਸੀਂ ਕਈ ਵਾਰ ਕਹਿ ਲਿਆ ਵੀ ਜਿੱਦਣ ਵੀ ਸਰਕਾਰ ਬੁਲਾਊਗੀ ਅਸੀਂ ਜਾਵਾਂਗੇ, ਪਰ ਸਰਕਾਰ ਜਿਹੜੀ ਹੈ ਇਹ ਨਾਕਾਮ ਹੈ, ਫੇਲ ਹੋ ਗਈ ਹੈ। ਜਿੰਨਾ ਸਮਾਂ ਲੰਬਾ ਅੰਦੋਲਨ ਚੱਲੂਗਾ ਓਨੀਆਂ ਹੀ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਸਰਕਾਰ ਦੀਆਂ ਪੋਲੀਆਂ ਹੋ ਰਹੀਆਂ ਨੇ, ਬਿਲਕੁਲ ਤਾਂ ਡੋਲ ਜਾਊ। ਖੇਤੀਬਾੜੀ ਮੰਤਰੀ ਦਾ ਬੀਤੇ ਦਿਨਾਂ ਬਿਆਨ ਆਇਆ, ਉਹ ਤਾਂ ਕਹਿੰਦੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਕਿਸਾਨ ਆਗੂ ਸਾਨੂੰ ਪ੍ਰਪੋਜ਼ਲ ਭੇਜਣ, ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ 12 ਮੀਟਿੰਗਾਂ ਹੋ ਗਈਆਂ, ਅਸੀਂ ਕਿਹੜੀਆਂ ਪ੍ਰਪੋਜ਼ਲਾਂ ਭੇਜਦੇ ਰਹੇ ਉਹਨਾਂ ਨੂੰ? ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਸਾਡੀ ਨਹੀਂ। ਸਰਕਾਰ ਆਪਣੀ ਪ੍ਰਪੋਜ਼ਲ ਬਣਾ ਕੇ ਭੇਜ ਦੇਵੇ ਵੀ ਲੈ ਉਹ ਅਸੀਂ ਜੀ ਤੁਸੀਂ 1.5 ਸਾਲ ਕਰਦੇ ਸੀ ਇੰਨਾ ਕਹਿੰਦੇ ਹੁਣ। ਵੇਖੋ ਜਦੋਂ ਵੀ ਗੱਲ ਨਿਬੜੀ ਇਹ ਟੇਬਲ 'ਤੇ ਨਿਬੜਦੀ, ਐਵੇਂ ਨਹੀਂ ਇੱਥੇ ਵੀ ਉਹ TV ਦੇ ਵਿੱਚ ਕਹਿ ਤਾ ਜੀ ਅਸੀਂ ਤਿਆਰ ਹਾਂ ਗੱਲ ਕਰਨ ਨੂੰ, ਹੁਣ ਉਹਦੇ ਪ੍ਰਧਾਨ ਮੰਤਰੀ ਨੇ ਕਹਿ ਤਾ। ਵੇਖੋ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਅਤੇ ਉਹ ਇੱਕ ਛੋਟੀਆਂ ਗੱਲਾਂ ਕਰੇ ਤਾਂ ਹਾਸੋ ਹੋਣੀਆਂ, ਉਹ ਚੰਗੀਆਂ ਨਹੀਂ ਲੱਗਦੀਆਂ। ਸਰਕਾਰ ਨੂੰ ਅੱਗੇ ਆਉਣਾ ਚਾਹੀਦਾ, ਮੈਂ ਤਾਂ ਕਈ ਮੇਰਾ ਅੱਗੇ ਵੀ ਕਹਿ ਲਿਆ ਤੁਹਾਡੇ ਚੱਲਣ ਰਾਹੀਂ ਵੀ ਖੁਦ ਪ੍ਰਧਾਨ ਮੰਤਰੀ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਤੋਮਰ ਹੋਣਾ ਕੋਲ ਇਹ ਪਾਵਰ ਹੀ ਨਹੀਂ ਹੈਗੀ ਹੈ ਵੀ ਉਹ ਫੈਸਲਾ ਕਰ ਦੇਣ। ਜਦੋਂ ਸਾਡੇ ਨਾਲ ਉੱਥੇ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਕਦੀ ਪਰਲੇ ਕਮਰੇ ਚਲੇ ਗਏ, ਕਦੀ ਉੱਧਰ ਟੁਰ ਕੇ ਫੋਨਾਂ ਫਾਨਾਂ 'ਤੇ ਗੱਲਾਂ ਕਰਦੇ ਆ, ਫਿਰ ਆ ਕੇ ਉਹ ਸਾਡੇ ਨਾਲ ਗੱਲ ਕਰਦੇ ਨੇ। ਇਸ ਕਰਕੇ ਉਹਨਾਂ ਕੋਲ ਪਾਵਰ ਨਹੀਂ, ਸਿੱਧਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਕੱਲ੍ਹ ਨੂੰ ਨਹੀਂ ਜਾਣਾ ਉਹਨਾਂ ਨੇ ਕਿਸਾਨਾਂ ਕੋਲ, ਅੱਜ ਤਾਂ ਉਹ ਡਰ ਰਹੇ ਨੇ ਇਸ ਗੱਲ ਤੋਂ, ਪਤਾ ਨਹੀਂ ਹੁਣ ਕਿਹੜੀ ਗੱਲ ਦਾ ਖਤਰਾ। ਇਹ ਕਿਸਾਨ ਕਿਸੇ ਨੂੰ ਕੁਛ ਨਹੀਂ ਕਹਿੰਦੇ, ਉਹਨਾਂ ਨੂੰ ਆਉਣਾ ਚਾਹੀਦਾ। ਆ ਜਿੱਦਣ ਸਰਕਾਰ ਦਾ ਕਾਰਜਕਾਲ ਪੂਰਾ ਹੋਇਆ ਇਹਨਾਂ ਨੇ ਫਿਰ ਜਾਣਾ ਲੋਕਾਂ ਕੋਲ, ਫਿਰ ਕਿਹੜੇ ਮੂੰਹ ਨਾਲ ਜਾਣਗੇ? ਅੱਜ ਇਹਨਾਂ ਨੇ ਸਾਰੀ ਦੁਨੀਆ ਨੂੰ ਵੇਖੋ, ਅੱਜ ਸਾਰਾ ਦੇਸ਼ ਹੀ ਸੜਕਾਂ 'ਤੇ ਬੈਠਾ ਹੈ, ਸਾਰਾ ਦੇਸ਼ ਸੜਕਾਂ 'ਤੇ ਬੈਠਾ, ਅਤੇ ਕੱਲ੍ਹ ਨੂੰ ਕਿਹੜਾ ਮੂੰਹ ਲੈ ਕੇ ਜਾਣਗੇ ਲੋਕਾਂ ਕੋਲ? ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਇਹਨਾਂ ਦਾ ਬੁਰਾ ਹਾਲ ਲੋਕ ਕਰਦੇ ਨੇ, ਸ਼ਹਿਰਾਂ 'ਚ ਨਹੀਂ ਵੜਨਾ ਇਹਨਾਂ ਨੂੰ। ਇਹ ਮਸਲਾ ਜਿਹੜਾ ਜਿੰਨਾ ਹੋ ਸਕੇ ਇਹਨੂੰ ਜਲਦੀ ਹੱਲ ਕਰਨਾ ਚਾਹੀਦਾ। ਕੀ ਲੱਗਦਾ ਹੁਣ ਤੁਹਾਨੂੰ ਕਿਸ ਤਰੀਕੇ ਨਾਲ ਦੇਖਦੇ ਹੋ, 1 ਤਰੀਕ ਨੂੰ ਸੰਯੁਕਤ ਮੋਰਚੇ ਦੀ ਬੈਠਕ ਹੋਣ ਜਾ ਰਹੀ ਹੈ, ਕਿਹੜੇ ਅਹਿਮ ਫੈਸਲੇ ਲਏ ਜਾ ਸਕਦੇ ਨੇ? ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕੋਈ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਪ੍ਰਪੋਜ਼ਲ ਬਣਾ ਕੇ ਭੇਜਣੀ ਵੀ ਚਾਹੀਦੀ ਹੈ, ਸਰਕਾਰ ਨੂੰ ਪ੍ਰਪੋਜ਼ਲ ਬਣਾ ਕੇ ਭੇਜਣੀ ਚਾਹੀਦੀ ਹੈ, ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ। ਵੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ, ਇਹ ਤੁਸੀਂ ਉਹ ਦੱਸ ਦਿਓ ਮੈਨੂੰ ਵੀ ਸਾਡੀ ਜ਼ਿੰਮੇਵਾਰੀ ਥੋੜ੍ਹੋ ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਭਾਈ। ਅਸੀਂ ਆਓ ਤੁਸੀਂ ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ, ਬਹਿ ਕੇ ਨਿਬੇੜਦੇ ਹਾਂ ਮਸਲਾ ਹੱਲ। ਐਂ ਤਾਂ ਫਿਰ ਪਿੰਡਾਂ ਦੇ ਵਿੱਚ ਜੇਕਰ ਇੱਕ ਹੁਣ ਆਪਾਂ ਇਹ ਸਮਝ ਲੈਂਦੇ ਹਾਂ ਵੀ ਕਿਸਾਨ ਕਮਜ਼ੋਰ ਨੇ, ਸਾਰੀ ਤਾਕਤ ਜਿਹੜੀ ਇਹ ਸਰਕਾਰ ਕੋਲ ਆ, ਕਿਸਾਨ ਇੱਕ ਕਮਜ਼ੋਰ ਪਾਰਟੀ ਸਮਝ ਲਓ ਤੁਸੀਂ, ਪਰ ਜਿੰਨੀ ਸ਼ਕਤੀ ਹੈ ਜਿਹੜੀ ਵੋਟ ਸ਼ਕਤੀ ਸਾਰੀ ਇਹਨਾਂ ਕੋਲ, ਜਿਹੜੇ ਸੜਕਾਂ 'ਤੇ ਬੈਠੇ ਨੇ ਉਹਨਾਂ ਕੋਲ ਸਰਕਾਰੀ ਪਾਵਰ ਹੈ ਅੱਜ। ਐਂ ਤਾਂ ਫਿਰ ਪਿੰਡਾਂ ਦੇ ਵਿੱਚ ਹੋਣ ਲੱਗ ਜੂ, ਜਿਹੜਾ ਕੋਈ ਮਾੜਾ ਜਿਹਾ ਬੰਦਾ ਕਮਜ਼ੋਰ ਹੋਵੇਗਾ ਉਹਨੂੰ
ਕਹਿੰਦੇ ਵੀ ਐਂ ਕਰੋ 99% ਖਤਮ ਕਰ ਦਿੱਤੇ ਅਸੀਂ, ਹੈਂ ਇਹ ਡੱਬਾ ਖਾਲੀ ਕਰਤਾ ਜੀ, ਖੁਰਚ ਕੇ ਮਠਿਆਈ ਕੱਢਤੀ ਜੀ, ਉਹ ਕਰਤਾ, ਹੁਣ ਕਵਰ ਰਹਿ ਗਿਆ ਇਕੱਲਾ, ਹੈਂ ਅਤੇ ਅਸੀਂ ਇਹਨਾਂ ਨੂੰ ਉਦਣ ਵੀ ਕਿਹਾ ਵੀ ਕਵਰ ਨੂੰ ਸਿੱਟ ਦਿਓ, ਪਰ ਕਵਰ ਦਾ ਹੀ ਕਰੋਗੇ, ਹੈ ਨਾ, ਕਵਰ ਦੀ ਵੀ ਲੋੜ ਨਹੀਂ ਹੈਗੀ। ਫਿਰ ਇਹ ਗੱਲ ਕਰਦੇ ਨੇ, ਕਹਿੰਦੇ ਵੀ ਸਰਕਾਰ ਦਾ, ਇੱਕ ਦਿਨ ਖੁਦ ਮੇਰੇ ਲਈ ਕਹਿੰਦੇ ਵੀ ਯਾਰ ਸਰਕਾਰ ਦਾ ਨੱਕ ਨਾ ਵੱਢੋ, ਇੱਥੋਂ ਤੱਕ ਆਏ ਖੜੇ ਨੇ, ਇੰਨਾ ਡੋਲੇ ਪਏ ਨੇ, ਅਤੇ ਕਿਹੜੀ ਗੱਲ ਤੋਂ ਵੇਖੋ, ਸਰਕਾਰ ਨੂੰ ਇਹਦੇ 'ਚ ਨੱਕ ਵਢਾਉਣ ਵਾਲੀ ਕੋਈ ਗੱਲ ਨਹੀਂ, ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ। ਸਰਕਾਰਾਂ ਫੈਸਲੇ ਕਰਦੀਆਂ ਨੇ, ਲੋਕਾਂ ਨੂੰ ਸਹੀ ਨਹੀਂ ਲੱਗਦੇ ਅਤੇ ਉਹਨਾਂ ਨੂੰ ਬਦਲ ਦੇਣਾ ਚਾਹੀਦਾ। ਇਹਦੇ 'ਚ ਨਾ ਤਾਂ ਨੱਕ ਵਢਣ ਵਾਲੀ ਕੋਈ ਗੱਲ ਹੈ ਸਰਕਾਰ ਦੀ, ਸਰਕਾਰ ਐਵੇਂ ਜਾਣ ਕੇ ਕਰਦੀ ਹੈ, ਅਤੇ ਨਾ ਇਹਦੇ 'ਚ ਸ਼ਰਮ ਹੀ ਮਹਿਸੂਸ ਕਰਨੀ ਚਾਹੀਦੀ ਹੈ ਸਰਕਾਰ ਨੂੰ, ਵੀ ਜੇ ਮੈਂ ਪਿੱਛੇ ਹਟ ਗਈ ਤਾਂ ਸ਼ਾਇਦ ਹੋ ਸਕਦਾ ਵੀ ਲੋਕ ਸਾਨੂੰ ਕੀ ਆਖਣਗੇ। ਇਹ ਨਹੀਂ ਹੋਣਾ ਚਾਹੀਦਾ, ਸਰਕਾਰਾਂ ਤੋਂ ਜੇ ਮਸਲੇ ਹੱਲ ਨਹੀਂ ਹੁੰਦੇ, ਸਰਕਾਰ ਗਲਤ ਕਾਨੂੰਨ ਬਣਾ ਬੈਠੀ ਹੈ। ਹੁਣ ਵੇਖੋ, ਸਾਂਝੇ ਵਾਸਤੇ ਕਾਨੂੰਨ ਬਣਾਇਆ, ਸਾਨੂੰ ਉਹ ਚੰਗਾ ਨਹੀਂ ਲੱਗਦਾ, ਜ਼ਬਰਦਸਤੀ ਕਹਿ ਰਹੇ ਨੇ ਅਸੀਂ ਮੰਗੀ ਇਹ ਚੀਜ਼ ਡਾਕਟਰ ਸਵਾਮੀਨਾਥਨ ਵਾਲੀ ਰਿਪੋਰਟ, ਅਸੀਂ ਉਹ ਲਾਗੂ ਕਰ ਦਿਓ, ਉੱਧਰ ਤਾਂ ਮੂੰਹ ਨਹੀਂ ਕਰਦੇ, ਕਹਿੰਦੇ ਨੇ ਆਹ ਹੀ ਦੇਣੇ ਨੇ ਤੁਹਾਨੂੰ। ਇਸ ਕਰਕੇ ਉਹਨਾਂ ਦੀ ਬੜੀ ਵੱਡੀ ਗਲਤੀ ਹੈ ਅਤੇ ਉਹ ਬਹੁਤ ਵੱਡੀ ਭੁੱਲ ਦੇ ਵਿੱਚ ਨੇ। ਇਹ ਅੰਦੋਲਨ ਉਹਨਾਂ ਚਿਰ ਖਤਮ ਨਹੀਂ ਹੋਣਾ ਜਿੰਨਾ ਚਿਰ ਇਹ ਕਾਨੂੰਨ ਇਹਨਾਂ ਨੇ ਵਾਪਸ ਨਾ ਕੀਤੇ। ਨੌਦੀਪ ਕੌਰ ਦੀ ਰਿਹਾਈ ਹੋ ਚੁੱਕੀ ਹੈ, ਕੱਲ੍ਹ ਉਹਨੂੰ ਛੱਡ ਦਿੱਤਾ ਗਿਆ, ਡੇਢ ਮਹੀਨਾ ਸਮਾਂ ਉਹਨੇ ਜੇਲ੍ਹ ਦੇ ਵਿੱਚ ਕੱਟਿਆ, ਅਤੇ ਕੱਲ੍ਹ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਤੋਂ ਇਲਾਵਾ ਜਿਹੜੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਸਵਾਗਤ ਕੀਤਾ ਅਤੇ ਅੱਜ ਵੀ ਸਟੇਜ ਤੋਂ ਸੰਬੋਧਨ ਕਰਨਾ ਉਹਨਾਂ ਨੇ। ਵੇਖੋ, ਇਹ ਧੱਕਾ ਸਾਰੇ ਬੰਨੇ ਕਰਦੇ ਨੇ, ਜਿਹੜਾ ਵੀ ਕੋਈ ਅੰਦੋਲਨਕਾਰੀਆਂ ਦੀ ਹੈਲਪ 'ਤੇ ਆਉਂਦਾ, ਉਹਨਾਂ ਦੀ ਮਤ 'ਤੇ ਆਉਂਦਾ, ਉਹਨਾਂ ਨੂੰ ਲੈ ਜਾਂਦੇ ਨੇ, ਤੁਹਾਡਾ ਪੂਨੀਆ ਸੀ ਪੱਤਰਕਾਰ ਹੋ, ਨਾ ਪੂਰਾ ਕੀ ਉਸਦਾ ਪੂਨੀਆ, ਹੈ ਨਾ, ਉਹਨਾਂ ਨੂੰ ਉਹ ਜੇ ਕਵਰੇਜ ਕਰ ਰਿਹਾ ਸੀ ਉਹਨੂੰ ਲੈ ਕੇ ਚੁੱਕ ਕੇ। ਇਹਦਾ ਮਤਲਬ ਐਂ ਕਰਦੇ ਨੇ ਵੀ ਜਿਹੜਾ ਬੰਦਾ ਵੀ ਅੰਦੋਲਨਕਾਰੀਆਂ ਦੇ ਹੱਕ 'ਚ ਬੋਲੂਗਾ, ਇਹਨਾਂ ਕਾਨੂੰਨਾਂ ਦੇ ਉਲਟ ਬੋਲੂਗਾ, ਉਹਨੂੰ ਲੈ ਜਾਓ। ਹੁਣ ਪਿੱਛੇ ਉਹ ਤੋਂ ਬਾਅਦ ਉਹ ਉੱਥੋਂ ਗੱਡੀ ਗੁੱਡੀ ਵੀ ਲੈ ਗਏ, ਇੱਕ ਕਿਸਾਨ ਬਣ ਕੇ ਨਿਕਲੀ ਤੁਹਾਡੇ ਕਿਸੇ ਚੈਨਲ ਵਾਲੇ ਦੀ, ਉਹ ਗੱਡੀ ਲੈ ਗਏ, ਉਹਨਾਂ ਦਾ ਸਾਰਾ ਸਿਸਟਮ ਹੀ ਲੈ ਗਏ। ਇਹ ਸਰਕਾਰ ਦਬਾਉਣ ਦਾ ਯਤਨ ਕਰਦੀ ਹੈ ਹਰ ਇੱਕ ਨੂੰ, ਪਰ ਇਹ ਅੰਦੋਲਨ ਦਬਣ ਵਾਲਾ ਨਹੀਂ ਮੇਰੇ ਖਿਆਲ। ਸਰਕਾਰ ਦੀ ਕੋਈ ਭੁੱਲ ਹੋਊਗੀ ਜੇ ਦਬਾਉਣ ਦਾ ਯਤਨ ਕਰੇ। ਇਹ ਅੰਦੋਲਨ ਬਹੁਤ ਵੱਧ ਚੁੱਕਿਆ, ਇਹ ਜਨ ਅੰਦੋਲਨ ਹੈ, ਹਰ ਵਰਗ ਨੇ ਇਹਨੂੰ ਅਪਣਾ ਲਿਆ, ਇਸ ਕਰਕੇ ਸਰਕਾਰ ਭੁੱਲ 'ਚ ਆ, ਉਹਨੂੰ ਨਿਬੇੜ ਦੇਣਾ ਚਾਹੀਦਾ ਜਿੰਨਾ ਚਿਰ, ਜਿੰਨਾ ਜਲਦੀ ਹੋ ਸਕੇ, ਨਹੀਂ ਤਾਂ ਸਰਕਾਰ ਦੀ ਧਰਤੀ ਜਿਹੜੀ ਨਾ ਰਾਜਸੀ ਉਹ ਸਾਰੀ ਖਿਸਕੀ ਥੱਲੋਂ। ਲਾਸਟ ਸਵਾਲ, ਸੰਯੁਕਤ ਮੋਰਚੇ ਦੀ ਬੈਠਕ ਹੋਣ ਜਾ ਰਹੀ 1 ਤਰੀਕ ਨੂੰ, ਕੀ ਲੱਗਦਾ ਕੋਈ ਅਹਿਮ ਫੈਸਲੇ ਹੋ ਸਕਦੇ ਨੇ, ਅਹਿਮ ਮੁੱਦਿਆਂ 'ਤੇ ਗੱਲਬਾਤ ਹੋ ਸਕਦੀ ਹੈ? ਵੇਖੋ, ਜੋ ਫੈਸਲੇ ਹੋਣਗੇ ਉਹ ਤਾਂ ਤੁਹਾਨੂੰ ਬਾਅਦ 'ਚ ਹੀ ਦੱਸਾਂਗੇ ਹੀ, ਜੋ ਵੀ ਫੈਸਲਾ ਹੋ ਗਿਆ, ਕਿਉਂਕਿ ਪਹਿਲਾਂ ਅਸੀਂ ਕੁਝ ਨਹੀਂ ਦੱਸ ਸਕਦੇ, ਉਹ ਵਿਵਾਦ ਖੜਾ ਹੋ ਜਾਂਦਾ ਕਈ ਵਾਰ, ਹੈ ਨਾ, ਜਿੱਦਣ ਮੀਟਿੰਗ ਹੋਊਗੀ ਸਾਡੀ ਉਹਦੇ ਵਿੱਚ ਜੋ ਫੈਸਲੇ ਹੋਣਗੇ ਤੁਹਾਨੂੰ ਉੱਥੇ ਨਾਲ ਦੀ ਨਾਲ ਦੱਸ ਦਿੱਤੇ ਜਾਣਗੇ। ਨੌਦੀਪ ਵਾਲੀ ਤੁਸੀਂ ਗੱਲ ਕੀਤੀ ਸੀ, ਨੌਦੀਪ ਦੀ ਮੈਂ ਕੱਲ੍ਹ ਇੰਟਰਵਿਊ ਸੁਣ ਰਿਹਾ ਸੀਗਾ ਤੁਹਾਡੀ ਜਦੋਂ ਆਈ ਹੈ ਬਾਹਰ, ਵੈਸੇ ਅਲੱਗ ਉਹਦੇ ਬਿਆਨ ਦੇਣ ਦੇ ਨਹੀਂ ਸੀ ਸਮਰੱਥੋਂ, ਕਹਿ ਰਹੀ ਵੀ ਬਾਅਦ 'ਚ ਗੱਲ ਕਰੂੰਗੀ, ਪਰ ਫਿਰ ਵੀ ਜੋ ਤਸ਼ੱਦਦ ਬਾਰੇ ਉਹਨਾਂ ਨੇ ਗੱਲ ਕੀਤੀ ਹੈ, ਜਿਹੜਾ ਉਹ ਸ਼ਿਵ ਕੁਮਾਰ ਦੇ ਬਾਰੇ ਗੱਲ ਦੱਸੀ ਹੈ, ਇੰਨਾ ਤਸ਼ੱਦਦ ਥੋੜ੍ਹਾ ਹੋਣਾ ਚਾਹੀਦਾ। ਜੇ ਕੋਈ ਗੱਲ ਕਰਦਾ ਅੰਦੋਲਨ ਦੇ ਸੰਬੰਧ 'ਚ ਤਾਂ ਤੁਸੀਂ ਉਹਦੇ ਨਹੁੰ ਖਿੱਚੋ ਜਾਂ ਮਤਲਬ ਹੱਦੋਂ ਵੱਧ ਤਸ਼ੱਦਦ ਇਹੋ ਜਿਹਾ ਕਰੋ ਜਿਹੜਾ ਇਹ ਲੋਕ ਰਾਜ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਵਾਲਾ ਹੋਵੇ, ਇਹ ਨਹੀਂ ਹੋਣਾ ਚਾਹੀਦਾ ਕਦੇ। ਸੋ ਇਹ ਸਨ ਬੂਟਾ ਸਿੰਘ ਸ਼ਾਦੀਪੁਰ, ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਅੰਦੋਲਨ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗਾ, ਲੇਕਿਨ ਜਿਸ ਤਰੀਕੇ ਦਾ ਤਸ਼ੱਦਦ ਕੀਤਾ ਜਾ ਰਿਹਾ, ਚਾਹੇ ਨੌਜਵਾਨ ਵਰਗ ਦੇ ਉੱਤੇ ਨੇ, ਜਿਵੇਂ ਜੇਲ੍ਹਾਂ ਦੇ ਵਿੱਚ ਨੌਜਵਾਨ ਬੰਦ ਸੀ, ਚਾਹੇ ਨੌਦੀਪ ਕੌਰ ਹੈ, ਜਿਸ ਤਰੀਕੇ ਨਾਲ ਉਸੇ ਨੂੰ ਲੈ ਕੇ ਵੀ ਉਹਨਾਂ ਨੇ ਸਰਕਾਰ ਦੇ ਉੱਤੇ ਨਿੰਦਾ ਪ੍ਰਗਟ ਕਰਦੇ ਹੋਏ ਨਿਖੇਧੀ ਕੀਤੀ ਹੈ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਰਜਿੰਦਰ ਅਰੋੜਾ, D5 ਚੈਨਲ ਪੰਜਾਬੀ, ਸਿੰਘੂ ਬਾਰਡਰ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।